HSN TV ਦੇ ਨਾਲ ਤੁਸੀਂ ਜੁੜੇ ਹੋਏ ਹੋ। ਮੈਂ ਹਾਂ ਸ਼ੀਤਲ, ਹੁਣ ਤੱਕ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਈ ਆ। ਆਮ ਆਦਮੀ ਪਾਰਟੀ ਸੰਤ ਬਲਵੀਰ ਸਿੱਚੇਵਾਲ ਨੂੰ ਰਾਜ ਸਭਾ ਦੇ ਵਿੱਚ ਭੇਜ ਸਕਦੀ ਹੈ। ਜੀ ਹਾਂ, ਸੰਤ ਬਲਵੀਰ ਸਿੱਚੇਵਾਲ ਨੂੰ ਰਾਜ ਸਭਾ ਦੇ ਵਿੱਚ ਭੇਜ ਸਕਦੀ ਆਮ ਆਦਮੀ ਪਾਰਟੀ। ਸ਼ੁੱਕਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਚੇਵਾਲ ਪਿੰਡ ਪਹੁੰਚ ਕੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਤੇ ਪੰਜਾਬ ਦੇ ਵਿੱਚ 24 ਤੋਂ 31 ਮਈ ਤੱਕ ਰਾਜ ਸਭਾ ਦੀਆਂ 2 ਸੀਟਾਂ ਤੋਂ ਚੋਣ ਦੇ ਲਈ ਨਾਮਜ਼ਦਗੀ ਭਰੀ ਜਾਣੀ ਹੈ। ਤੁਹਾਨੂੰ ਦੱਸ ਦਈਏ ਕਿ 117 ਦੇ ਵਿੱਚੋਂ 92 ਵਿਧਾਇਕ ਹੋਣ ਦੀ ਵਜ੍ਹਾ ਦੇ ਨਾਲ ਦੋਵੇਂ ਸੀਟਾਂ ਆਪ ਦੇ ਖਾਤੇ ਦੇ ਵਿੱਚ ਜਾਣੀਆਂ ਲਗਭਗ ਤੈਅ ਹੁੰਦੀਆਂ ਨਜ਼ਰ ਆ ਰਹੀਆਂ ਨੇ। ਔਰ ਹੁਣ ਤੱਕ ਆਪ ਨੇ ਉਮੀਦਵਾਰਾਂ ਦਾ ਐਲਾਨ ਵੀ ਨਹੀਂ ਕੀਤਾ। ਭਾਜਪਾ ਨੇ ਵੀ ਸਿੱਚੇਵਾਲ ਨੂੰ ਰਾਜ ਸਭਾ ਭੇਜਣ ਦਾ ਪ੍ਰਸਤਾਵ ਦਿੱਤਾ ਸੀ। ਤੁਹਾਨੂੰ ਦੱਸ ਦਈਏ ਕਿ ਪਰ ਸਿੱਚੇਵਾਲ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਵੀ ਮਿਲ ਚੁੱਕੇ ਸਨ, ਪਰ ਸੂਤਰਾਂ ਤੋਂ ਮਿਲੀ ਹੁਣ ਜਾਣਕਾਰੀ ਦੇ ਮੁਤਾਬਕ ਸੰਤ ਸਿੱਚੇਵਾਲ ਨੇ ਅਜੇ ਤੱਕ ਕਿਸੇ ਵੀ ਪਾਰਟੀ ਨੂੰ ਹਾਂ ਜਾਂ ਨਾ ਨਹੀਂ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਸਿੱਚੇਵਾਲ ਨੇ ਹਜੇ ਤੱਕ ਕਿਸੇ ਵੀ ਪਾਰਟੀ ਨੂੰ ਜੁਆਇਨ ਨਹੀਂ ਕੀਤਾ ਜਾਂ ਹਾਂ ਨਾ ਨਹੀਂ ਕੀਤੀ ਹੈ। ਉਹ ਸਿਆਸਤ ਦੇ ਵਿੱਚ ਉਤਰਨ ਨੂੰ ਲੈ ਕੇ ਹਜੇ ਵੀ ਦੁਚਿੱਤੀ ਦੇ ਵਿੱਚ ਨੇ ਔਰ ਹਜੇ ਤੱਕ ਉਹ ਫੈਸਲਾ ਨਹੀਂ ਕਰ ਪਾਏ, ਪਰ ਇਹਨਾਂ ਦੋਵੇਂ ਸੀਟਾਂ ਨੂੰ ਲੈ ਕੇ ਜ਼ਿਆਦਾ ਸਜਗ ਨੇ ਕਿਉਂਕਿ ਅਪ੍ਰੈਲ ਦੇ ਵਿੱਚ 5 ਸੀਟਾਂ ਦੇ ਲਈ ਰਾਜ ਸਭਾ ਭੇਜੇ ਗਏ ਲੋਕਾਂ ਦੀ ਚੋਣ ਨੂੰ ਲੈ ਕੇ ਪਾਰਟੀ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਈ ਸੀ। ਕ੍ਰਿਕਟਰ ਹਰਭਜਨ ਸਿੰਘ ਨੂੰ ਛੱਡ ਕੇ ਕਿਸੇ ਵੀ ਸਿੱਖ ਨੂੰ ਨਹੀਂ ਲਿਆ ਗਿਆ ਅਤੇ 2 ਸੀਟਾਂ ਪੰਜਾਬ ਤੋਂ ਬਾਹਰ ਦੇ ਨੇਤਾਵਾਂ ਨੂੰ ਦਿੱਤੀਆਂ ਗਈਆਂ। ਫਿਲਹਾਲ ਤੁਹਾਨੂੰ ਦੱਸ ਦਈਏ ਕਿ ਸਭ ਤੋਂ ਵੱਡੀ ਖਬਰ ਆਮ ਆਦਮੀ ਪਾਰਟੀ ਸੰਤ ਬਲਵੀਰ ਸਿੰਘ ਸਿੱਚੇਵਾਲ ਨੂੰ ਰਾਜ ਸਭਾ ਦੇ ਵਿੱਚ ਭੇਜ ਸਕਦੀ ਹੈ, ਇਹੋ ਜਿਹੇ ਅਨੁਮਾਨ ਲਗਾਏ ਜਾ ਰਹੇ ਨੇ। ਬਿਊਰੋ ਰਿਪੋਰਟ, HSN News।